एक एक बंदे नाल एवरेज पांच बंदे अटैच होंगे ठीक है जी। एक नू नौकरी मिल जाए पांच बंदे दी जिंदगी बन जाती है, एक माड़ा हो गया तो पांच बंदे दी जिंदगी बर्बाद हो जाती है ठीक है जी। जे तुसी 10,000 बंदे नू तकरीबन मेन जिंदगी च ले आए हैं ना तो उन्हों 50,000 मनो है तो इदा ही है जी सच है जी 50,000 मनो तो 50,000 आबादी नाल ते 20 पिंड बस जांदे हां जी हां जी ये तो गल ठीक है जी। ते जे आपां पंजाब दी गल करिए तां 20 पिंड उजड़नों बचा ले कहिंदे हुंदे आ ना सियाणे ये गल कह दिंदे आ अक्सर कि दरियावां नूं नक्के नहीं लगदे पर जिथे सिंघ खड़ जांदे आ उत्थे दरियावां नूं नक्के भी लग जांदे आ। मैं इस वक्त भाई गुरदास जी गुरमत प्रचार संस्था दे विच खड़ा इन्हां ने एक वगदे दरिया नूं पंजाब दे विच जिहड़ा नशियां दा वगदा उहनूं नक्का लाउण दी कोशिश कीती आ सफल भी होए आ। उहदे विच मेरे नाल बाबा जगजीत सिंह जी आ आपां गल्लां बातां करांगे इन्हां दे इत्थे संस्था ते मतलब लोकां नूं दलदल दे विच्चों भी कढ़िया जांदा की तजर्बे आ इन्हां दे घोड़े भी रखे होए आ होर भी दुनियादारी दीआं गल्लां बातां करांगे। पहलां आपां बाबा जी दा स्वागत करदे हां। बाबा जी सत श्री अकाल। सत श्री अकाल बाबा जी। पहलां तां मैं तुहाडी सेवा नूं ਤੁਹਾਡੀ ਸੋਚ ਨੂੰ ਸਲਿਊਟ ਕਰਦਾ ਕਿ ਤੁਸੀਂ ਲੋਕਾਂ ਨੂੰ ਦਲਦਲ ਦੇ ਵਿੱਚੋਂ ਕੱਢ ਰਹੇ ਆ। ਇਹ ਗੱਲ ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਂ ਅੱਜ ਤੋਂ ਕੈਮਰੇ 'ਤੇ ਕੋਈ ਵੀ ਨੌਜਵਾਨ ਨੂੰ ਨਹੀਂ ਦਿਖਾਊਂਗਾ ਕਿਉਂਕਿ ਕਿਸੇ ਦੀ ਜ਼ਿੰਦਗੀ ਦੀ ਪ੍ਰਾਈਵੇਸੀ ਹੁੰਦੀ ਆ, ਕਿਸੇ ਨੂੰ ਆਪਾਂ ਆਈਡੈਂਟੀਫਾਈ ਨਹੀਂ ਕਰ ਸਕਦੇ ਦੁਨੀਆ 'ਤੇ ਦਿਖਾ ਕੇ ਕਿ ਭਾਈ ਆਹ ਕਰਦਾ ਸੀ ਆਹ ਕਰਦਾ, ਕਿਉਂਕਿ ਬਾਬਾ ਜੀ ਕਿਸੇ 'ਤੇ ਪੜਦੇ ਹੁੰਦੇ ਆ ਨਾ ਵੀ ਆਪਾਂ ਕਿਸੇ ਨੂੰ ਐਵੇਂ ਨਹੀਂ ਕਰ ਸਕਦੇ। ਇਸ ਕਰਕੇ ਮੈਂ ਬਾਬਾ ਜੀ ਨਾਲ ਹੀ ਗੱਲ ਕਰੂੰਗਾ ਤੁਹਾਡੀ, ਉਹ ਨੌਜਵਾਨਾਂ ਨਾਲ ਗੱਲ ਨਹੀਂ ਕਰਾਊਂਗਾ। ਬਾਬਾ ਜੀ ਮੈਂ ਜੇ ਪਹਿਲਾਂ ਪੁੱਛਾਂ ਤੁਹਾਨੂੰ ਵੀ ਹੁਣ ਤੱਕ ਟੋਟਲ ਕਿੰਨੇ ਨੌਜਵਾਨ ਆ ਜਿਹੜੇ ਇੱਥੋਂ ਨਸ਼ਾ ਛੱਡ ਕੇ ਚਲੇ ਗਏ? ਕੋਈ ਵੈਸੇ ਆਈਡੀਆ ਨਹੀਂ, ਮੋਟਾ ਮੋਟਾ ਜਿੱਦਾਂ ਵੀ 8-10,000 ਮੁੰਡਾ ਹੁਣ ਤੱਕ ਚਲ ਗਿਆ। ਪਹਿਲਾਂ ਸੁਭਾਨਪੁਰ ਹੁੰਦੇ ਸੀ ਅਸੀਂ ਜੀ, ਫਿਰ ਹੁਣ ਇੱਥੇ ਸੰਸਥਾ ਚੱਲਦੀ ਪਈ ਆ ਜੀ। ਹਾਂਜੀ ਹਾਂਜੀ 8-10,000 ਮੁੰਡਾ ਨਸ਼ਾ ਛੱਡ ਕੇ ਚਲਿਆ ਗਿਆ। ਸਭ ਤੋਂ ਵੱਧ ਕਿਹੜੇ ਨਸ਼ੇ ਵਾਲੇ ਤੁਹਾਡੇ ਕੋਲ? ਸਭ ਤੋਂ ਵੱਧ ਚਿੱਟਾ ਜੀ, ਜ਼ਿਆਦਾ ਚਿੱਟੇ ਨੇ। ਅਤੇ ਆ ਹੁਣ ਜਿਹੜੀਆਂ ਗੋਲੀਆਂ ਚੱਲੀਆਂ ਜੀ ਹਸਪਤਾਲਾਂ ਦੇ ਵਿੱਚ, ਇਹਦੇ ਵਾਲੇ ਬਹੁਤ ਆਉਂਦੇ ਆ, ਗੋਲੀਆਂ ਵਾਲੇ। ਗੋਲੀਆਂ ਵੀ ਛੱਡੀਆਂ ਨਹੀਂ ਜਾਂਦੀਆਂ। ਸ਼ਰਾਬ ਵਾਲੇ? ਸ਼ਰਾਬ ਵਾਲੇ ਵੀ ਆਉਂਦੇ ਆ, ਪਰ ਜਿੰਨਾ ਚਿੱਟੇ ਦਾ ਜ਼ਿਆਦਾ ਹੜ ਵਗਿਆ ਜਾਂ ਦਵਾਈਆਂ ਜਿਹੜੀਆਂ ਗੋਲੀਆਂ ਜੀ। ਮੇਰੇ ਹਿਸਾਬ ਨਾਲ ਸ਼ਰਾਬ ਨੂੰ ਕਿਤੇ ਨਾ ਕਿਤੇ ਲੋਕਾਂ ਨੇ ਨਸ਼ਾ ਮੰਨਣ ਨੂੰ ਵੀ ਬੰਦ ਕਰਤਾ, ਮੰਨਣ ਨੂੰ ਬੰਦ ਕਰਦਾ ਹੈ ਨਾ। ਸ਼ਰਾਬ ਨੂੰ ਕੋਈ ਕਹਿੰਦਾ ਹੀ ਨਹੀਂਗਾ ਕਿ ਮੈਂ ਨਸ਼ਾ ਕਰਦਾ, ਜਾਂ ਸ਼ਰਾਬੀ ਨੂੰ ਕੋਈ ਕਹਿੰਦਾ ਹੀ ਨਹੀਂ ਵੀ ਸਾਡਾ ਬੰਦਾ ਕੋਈ ਨਸ਼ੇੜੀ ਆ ਨਾ ਵੀ। ਸ਼ਾਇਦ ਇਹ ਗੱਲ ਆ, ਇਹ ਵੀ ਚੀਜ਼ ਹੈਗੀ ਆ। ਹਾਂ ਤੇ ਪਰ ਚਿੱਟੇ ਵਾਲੇ ਬਹੁਤ ਜ਼ਿਆਦਾ, ਚਿੱਟੇ ਵਾਲੇ ਬਹੁਤ ਜ਼ਿਆਦਾ, ਚਿੱਟੇ ਵਾਲੇ ਬਹੁਤ ਜ਼ਿਆਦਾ ਨੇ ਬਾਬਾ ਜੀ। ਮਤਲਬ ਇੱਕ 8-10,000 ਬੰਦਾ ਚੱਲਿਆ ਗਿਆ ਇੱਥੋਂ, ਬਾਅਦ ਦੇ ਵਿੱਚ ਕੋਈ ਨਿਗਾਹ ਰੱਖਦੇ ਆ ਕਿ ਬੰਦਾ ਜ਼ਿੰਦਗੀ ਦੇ ਵਿੱਚ ਵਾਪਸ ਆ ਗਿਆ ਕਿ ਦੁਬਾਰਾ ਚੱਲਿਆ ਗਿਆ? ਕਿੰਨੇ ਪਰਸੈਂਟ ਲੋਕ ਆ ਜਿਹੜੇ ਦੁਬਾਰਾ ਚਲੇ ਜਾਂਦੇ ਹੈਗੇ ਜੀ? ਅਸਲ ਦੇ ਵਿੱਚ ਮੇਨ ਜਿੱਦਾਂ ਕਈ ਬਹੁਤ ਪਰਿਵਾਰ ਜਿਹੜੇ ਸਾਡੇ ਨਾਲ ਸੰਪਰਕ ਦੇ ਵਿੱਚ ਆ, ਬੜੀ ਚੜ੍ਹਦੀ ਕਲਾ 'ਚ ਆ ਮਹਾਰਾਜ ਦੀ ਕਿਰਪਾ ਨਾਲ ਜੀ। ਕਈ ਇੱਦਾਂ ਹੋ ਜਾਂਦਾ ਜੀ, ਜਿਹੜੇ ਮੁੰਡੇ ਜਾ ਕੇ ਫਿਰ ਉਸੇ ਢਾਣੀ 'ਚ ਬਹਿਣ ਲੱਗ ਪੈਣਾ ਜੀ, ਜਾਂ ਕੁਛ ਸਰੀਰਕ ਕਮਜ਼ੋਰੀਆਂ ਕਹਿ ਲਓ ਜੀ, ਵਿਆਹੇ ਬਰੇ ਬੰਦੇ ਨੂੰ ਵੀ ਜਵਾਨ ਮੁੰਡਿਆਂ ਨੂੰ ਵੀ ਜਿਹੜੀਆਂ ਆ ਰਹੀਆਂ, ਉਹਦੇ ਕਾਰਨ ਦੁਬਾਰਾ ਨਸ਼ੇ 'ਤੇ ਲੱਗਣ ਦਾ ਕਾਰਨ ਬਣੀ ਜਾਂਦਾ। ਵੈਸੇ ਜ਼ਿਆਦਾਤਰ ਜੇ ਗੁਰੂ ਦੇ ਨਾਲ ਮੁੰਡਾ ਕੋਈ ਵੀ ਜੁੜਦਾ ਹੈ ਨਾ, ਉਹ ਚੜ੍ਹਦੀ ਕਲਾ ਚੱਕਾ ਜਾਂ ਉਹ ਕੁਛ ਵਿਦੇਸ਼ਾਂ ਦੀ ਧਰਤੀ ਵਿੱਚ ਆਪਣੇ ਕੰਮ ਕਾਰ ਵਿੱਚ ਰੁੱਝ ਜਾਂਦਾ ਜੀ, ਕਿਉਂਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਬਣ ਚੁੱਕੀ ਆ, ਵਿਹਲੇ ਰੋਟੀ ਖਾਈ ਜਾਂਦੇ ਆ, ਵਿਹਲਾ ਮਨ ਸ਼ਤਾਨ ਦਾ ਘਰ। ਹਾਂ, ਉਹ ਬੜਾ ਵੱਡਾ ਨਸ਼ੇ ਦਾ ਕਾਰਨ ਹੋਇਆ। ਵਿਹਲੇ ਹੈਗੇ ਆ ਜੀ, ਘਰ ਦੇ ਮਤਲਬ ਤੂੜੀਆਂ ਵਾਲੇ ਕੁੱਪ ਵੀ ਵੇਚ ਦਿੱਤੇ ਆ, ਕਣਕਾਂ ਦੇ ਡਰੰਮ ਕੱਢ ਕੱਢ ਵੇਚੀ ਜਾਂਦੇ ਆ, ਹਾਲਾਤ ਬਹੁਤ ਮਾੜੇ ਆ ਜੀ ਜੀ। ਉਹ ਉਵੇਂ ਇਹ ਆ ਕਿ ਜੇ ਆਪਣੀ ਲੈਣ ਹੀ ਚੇਂਜ ਹੋਵੇ, ਜਿਵੇਂ ਸਾਡੇ ਤੁਸੀਂ ਕਈ ਦੇਖੀ ਆ ਸਿੰਘ, ਲੈਣ ਹੀ ਚੇਂਜ ਹੋ ਗਈ ਮਹਾਰਾਜ ਦੀ ਕਿਰਪਾ ਜੀ, ਉਹ ਮਤਲਬ ਚਿੱਟੇ ਦਾ ਤਾਂ ਉਹਨਾਂ ਦਾ ਖੋਦਾ ਦੂਰ ਪੈ ਗਿਆ, ਦੂਰ ਪੈ ਗਿਆ। ਮਤਲਬ ਵੀ ਆਪਾਂ ਇਹ ਕਹਿ ਲਈਏ ਕਿ 10% ਹਾਂਜੀ ਦੁਬਾਰਾ ਚਲੇ ਵੀ ਜਾਂਦੇ ਆ, ਪਰ 90% ਵਾਪਸ ਵੀ ਆਉਂਦੇ ਆ। ਪਰ ਮੇਨ ਗੱਲ ਇਹ ਆ ਵੀ ਚਲੋ ਜਿੰਨੇ ਵੀ ਵਾਪਸ ਆਉਂਦੇ ਆ, ਪਰ ਵਾਪਸ ਆਉਣ ਲਈ ਇੱਕ ਆਸ ਦੀ ਕਿਰਨ ਜ਼ਰੂਰ ਇਹ ਸੰਸਥਾ ਹੈਗੀ ਆ, ਕਿ ਕਿਸੇ ਬੰਦੇ ਲਈ ਇਹ ਚਾਨਣ ਜ਼ਰੂਰ ਹੈਗਾ ਕਿ ਜੇ ਇਸ ਸੰਸਥਾ 'ਤੇ ਕੋਈ ਆ ਗਿਆ ਤਾਂ ਵਾਪਸ ਆ ਸਕਦਾ, ਇੱਕ ਆਪਸ਼ਨ ਹੈਗਾ ਹੈ ਨਾ। ਵੀ ਜਿੱਥੇ ਮਾਂ ਬਾਪ ਇਹ ਸੋਚਦਾ ਵੀ ਯਾਰ, ਗੱਲ ਕਹਿਣੀ ਬਹੁਤ ਔਖੀ ਹੁੰਦੀ ਆ, ਪਰ ਮੈਂ ਬੜੇ ਮਾਪਿਆਂ ਨੂੰ ਇਹ ਗੱਲ ਕਹਿੰਦੇ ਸੁਣਿਆ ਕਿ ਯਾਰ ਇਦੋਂ ਤਾਂ ਤੂੰ ਮਰੀ ਜਾ, ਮੈਂ 5-7 ਦਿਨ ਰੋ ਕੇ ਸਬਰ ਕਰ ਲੂੰਗਾ। ਇਹ ਗੱਲ ਆਮ ਹੀ ਮਾਪਿਆਂ ਨੂੰ ਆਪਾਂ ਕਹਿੰਦੇ ਸੁਣਦੇ ਆ, ਪਰ ਕਹਿਣਾ ਔਖਾ ਬਹੁਤ ਹੁੰਦਾ, ਪਰ ਕਹਿਣਾ ਪੈ ਜਾਂਦਾ ਹਨਾ। ਅਰਦਾਸਾਂ ਬੇਨਤੀਆਂ ਹੁੰਦੀਆਂ ਜੀ, ਮਾਵਾਂ ਅਰਦਾਸਾਂ ਕਰਦੀਆਂ ਵੀ ਚਾਹੇ ਮਰ ਜੇ ਤੇ ਜਾਂ ਨਸ਼ਾ ਛੱਡ ਦੇ, ਇੱਥੋਂ ਤੱਕ ਸੁਣੀਆਂ ਗੱਲਾਂ ਬਾਤਾਂ ਇੱਥੇ ਆਣ ਕੇ ਵੀ ਜੀ, ਇੱਥੋਂ ਤੱਕ ਅਰਦਾਸਾਂ ਕਰ ਦਿੰਦੇ ਆ ਲੋਕਾਂ ਕੇ ਵੀ ਬਾਬਾ ਜੀ ਚਾਹੇ ਨੂੰ ਕਿਸੇ ਬੰਨੇ ਲਾ ਦਿਓ ਤੇ ਚਾਹੇ ਮਰ ਜੇ। ਬਾਬਾ ਜੀ ਚਲੋ ਇਹ ਹੋ ਗਿਆ, ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਵਾਲਾ ਇੱਥੇ ਆਉਂਦਾ ਹਾਂਜੀ,
ਉਸ ਤੋਂ ਬਾਅਦ ਸਹੀ ਹੋ ਜਾਂਦਾ ਹੈ। ਹਾਂਜੀ। ਉਸ ਤੋਂ ਬਾਅਦ ਮਾਂ ਉਹਨੂੰ ਲੈਣ ਆਉਂਦੀ ਆ। ਕੋਈ ਇਹੋ ਜਿਹਾ ਤਜਰਬਾ ਕੀ ਰਿਹਾ ਹੋਇਆ ਵੀ ਮਾਂ ਦਾ ਚਿਹਰਾ ਤੁਸੀਂ ਦੇਖਿਆ ਹੋਵੇ ਤੁਹਾਨੂੰ ਕਿਵੇਂ ਲੱਗਿਆ ਦੇਖ ਕੇ? ਇੱਕ ਖੁਸ਼ੀ ਦਾ ਮਾਹੌਲ ਹੀ ਇੱਦਾਂ ਦਾ ਹੋ ਜਾਂਦਾ। ਮਾਂ ਨੂੰ ਇਹ ਪੈਂਦਾ ਮੇਰਾ ਮੇਰੇ ਇੱਕ ਘਰੇ ਬੱਚਾ ਜਨਮ ਹੁੰਦਾ ਨਾ ਜੀ, ਉਹ ਚੀਜ਼ ਲੱਗਦੀ ਹੈ ਮਾਂ ਨੂੰ ਵੀ ਮੇਰੇ ਘਰੇ ਇੱਕ ਬੱਚੇ ਦੀ। ਜਦੋਂ ਮਾਂ ਵਾਪਸ ਲੈ ਕੇ ਜਾਂਦੀ ਹੈ, ਲੈ ਕੇ ਜਾਂਦੀ ਹੈ ਜੀ, ਤੇ ਉਹਦਾ ਚਿਹਰਾ ਮੋਹਰਾ ਦੇਖ ਕੇ ਜਾਂ ਉਹਦੇ ਸਰੂਪ ਦੇਖ ਕੇ ਤੇ ਇੰਨਾ ਚਾਅ ਚੜ੍ਹ ਦਿੰਦਾ ਮਾਂ ਪਿਓ ਨੂੰ ਤੇ ਹੈਗਾ ਹੀ ਹੈਗਾ, ਭੈਣ ਭਰਾਵਾਂ ਨੂੰ ਆਂਢੀ ਗੁਆਂਢੀ ਨੂੰ ਇੰਨਾ ਖੁਸ਼ੀ ਹੁੰਦੀ ਵੀ ਮਤਲਬ ਕਿੰਨਾ ਸੋਹਣਾ ਬਣ ਕੇ ਆਇਆ ਬੱਚਾ। ਤੋ ਬੜੀ ਖੁਸ਼ੀ ਹੁੰਦੀ ਆ ਉਸ ਟਾਈਮ ਤੇ ਅਰਦਾਸ, ਕਈ ਵਾਰ ਫੋਨ ਜਾ ਕੇ ਕਰਦੇ ਆ ਵੀ ਤੁਹਾਡਾ ਸਾਡਾ ਬੱਚਾ 5 ਵਜੇ ਬਾਣੀ ਪੜ੍ਹਦਾ ਜੀ, ਉਦੋਂ ਮਨ ਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਵੀ ਇਹਦੀਆਂ ਆਦਤਾਂ ਬਦਲ ਗਈਆਂ, ਘਰ ਦਾ ਮਾਹੌਲ ਹੀ ਬਦਲ ਦਿੱਤਾ, ਇੱਥੋਂ ਤੱਕ ਮਾਂ ਪਿਓ ਨੂੰ ਵੀ ਬਾਣੀ ਦੇ ਨਾਲ ਜੋੜ ਦਿੰਦੇ ਆ ਕਈ ਮੁੰਡੇ ਦੇ। ਜੀ ਮੈਂ ਜਦੋਂ ਇੱਥੇ ਅੰਦਰ ਮੈਂ ਜਵਾਨਾਂ ਨੂੰ ਮਿਲਿਆ, ਨੌਜਵਾਨਾਂ ਨੂੰ ਹਨਾ, ਉਹਨਾਂ ਦੀਆਂ ਮੈਂ ਪੁਰਾਣੀਆਂ ਫੋਟੋ ਦੇਖੀਆਂ ਤੇ ਉਹਨਾਂ ਦੇ ਹੋਣ ਵਾਲੇ ਸਰੂਪ ਦੇਖੇ ਤਾਂ ਲੱਖਾਂ ਕੋ ਦਾ ਫਰਕ ਪਿਆ ਹਨਾ, ਵੀ ਉੱਥੋਂ ਆਪ ਨੂੰ ਵੀ ਲੱਗਦਾ ਕਿ ਯਾਰ ਕੀ ਤੋਂ ਕੀ ਹੋ ਗਿਆ। ਬਾਬਾ ਜੀ ਜਿਵੇਂ ਆਪਾਂ ਕੋਈ ਇਹੋ ਜਿਹੀ ਸਟੋਰੀ ਹੋਵੇ ਵੀ ਕੋਈ ਮਾਂ ਆਈ ਜਾਂ ਉਹਨੇ ਦੱਸਿਆ ਹੋਵੇ ਵੀ ਯਾਰ ਸਾਡਾ ਘਰ ਐਵੇਂ ਸੀ ਪਹਿਲਾਂ, ਹੁਣ ਬੱਚੇ ਨੇ ਆਹ ਕਰਤਾ, ਕੋਈ ਇਹੋ ਜਿਹੀਆਂ ਸਟੋਰੀਆਂ ਦੱਸਦੇ ਆ ਲੋਕ? ਬੜੀਆਂ ਸਟੋਰੀਆਂ ਜੀ, ਅਸੀਂ ਤੇ ਕਈ ਵਾਰ ਇਮੋਸ਼ਨਲ ਹੋ ਜਾਈਦਾ। ਸਾਡੇ ਵੀਰ ਜਸਿੰਦਰ ਸਿੰਘ ਆ, ਸਰਨਜੀਤ ਸਿੰਘ ਆ, ਜਿਹੜਾ ਪਰਿਵਾਰਾਂ ਨੂੰ ਉਹ ਬਹਿ ਹੀ ਨਹੀਂ ਹੁੰਦਾ ਮੇਰੇ ਕੋਲ ਜੀ, ਇੱਦਾਂ ਦੀਆਂ ਸਟੋਰੀਆਂ ਘਰਾਂ ਦੇ ਵਿੱਚ ਇੰਨੀਆਂ ਦੁਖੀ ਕਰ ਦਿੰਦੇ, ਕਿਉਂਕਿ ਇੱਕ ਨਸ਼ੇ ਦੀ ਪੂਰਤ ਲਈ ਮਾਂ ਪਿਓ ਨੂੰ ਬਹੁਤ ਦੁਖੀ ਕਰਦੇ ਆ ਜੀ। ਜੀ ਇਹ ਆਂਢ ਗੁਆਂਢ ਇਹਨਾਂ ਦਾ ਮਤਲਬ ਹੱਥ ਪੱਲਾ ਵੱਜਦਾ ਨਹੀਂ, ਇਹ ਸਿਰਫ ਮਾਂ ਪਿਓ ਨੂੰ ਦੁਖੀ ਕਰਦੇ ਆ ਜਾਂ ਆਪਣੀਆਂ ਘਰ ਵਾਲੀਆਂ ਨੂੰ ਜਾਂ ਭੈਣ ਭਰਾਵਾਂ ਨੂੰ, ਹੋਰ ਇਹਨਾਂ ਕੋਲ ਕੋਈ ਚਾਰਾ ਨਹੀਂ ਹੈ ਜੀ। ਫਿਰ ਉਹ ਇੰਨਾ ਦੁਖੀ ਹੋ ਜਾਂਦੇ ਵੀ ਜਦੋਂ ਗੱਲਾਂ ਬਾਤਾਂ ਦੱਸਦੇ ਆ ਵੀ ਆਪਾਂ ਕਿਸੇ ਦੁਸ਼ਮਣ ਨਾਲ ਵੀ ਨਹੀਂ ਉਹ ਕੰਮ ਕਰ ਸਕਦੇ ਜਿਹੜਾ ਆਪਣੇ ਮਾਂ ਪਿਓ ਨਾਲ ਬੱਚਾ ਕਰ ਜਾਂਦਾ ਜੀ, ਜਿੱਦਾਂ ਦੇ ਹਾਲਾਤ ਹੋ ਗਏ ਜੀ। ਜੀ ਤੇ ਫਿਰ ਉਹ ਚੀਜ਼ਾਂ ਸੁਣ ਕੇ ਤੇ ਜਿੱਦਾਂ ਕਹਿੰਦੇ ਕੰਨ ਪੱਕ ਜਾਂਦੇ, ਉਹ ਚੀਜ਼ ਹੋ ਗਈ ਹੈ ਵੀ ਬਹੁਤ ਮਾੜਾ ਸਮਾਂ ਕਹਿ ਸਕਦੇ ਹਾਂ ਜੀ। ਪਿਓ ਪੁੱਤ ਵੀ ਰਹਿ ਗਏ ਆ ਜੀ, ਭਰਾ ਭਰਾ ਵੀ ਰਹਿ ਗਏ ਆ, ਸਾਂਢੂ ਸਾਂਢੂ ਵੀ ਰਹਿ ਗਏ ਆ, ਇੱਦਾਂ ਦੇ ਜਦੋਂ ਪਰਿਵਾਰ ਆਉਂਦੇ ਆ ਫਿਰ ਪਰਿਵਾਰ ਦੀਆਂ ਫੈਮਿਲੀਆਂ ਮਗਰ ਆਉਂਦੀਆਂ, ਫਿਰ ਬੜਾ ਦੁੱਖ ਹੁੰਦਾ ਵੀ ਕਿੱਧਰ ਨੂੰ ਚੱਲ ਗਿਆ ਸਾਡਾ ਪੰਜਾਬ। ਬਾਬਾ ਜੀ ਕਿੰਨੇ ਕੁ ਟਾਈਮ ਦੇ ਵਿੱਚ ਇੱਕ ਬੰਦਾ ਜਿਹੜਾ ਪੂਰਾ ਨਸ਼ੇ 'ਤੇ ਲੱਗਿਆ ਕਿੰਨੇ ਟਾਈਮ ਦੇ ਵਿੱਚ ਛੱਡ ਜਾਂਦਾ? ਮਹਾਰਾਜ ਦੀ ਕਿਰਪਾ, ਜੇ ਗੁਰਬਾਣੀ ਦੇ ਨਾਲ ਪਹਿਲੇ ਦਿਨ ਤੋਂ ਮੁੰਡਾ, ਜਿੱਦਾਂ 10 ਦਿਨ ਅਸੀਂ ਰੈਸਟ ਦਿੰਦੇ ਹਾਂ, ਪਹਿਲੇ ਦਿਨ ਤੋਂ ਮੁੰਡਾ ਜੁੜ ਜਾਵੇ, 1-2 ਮਹੀਨੇ ਕੋਈ ਵੱਡੀ ਗੱਲ ਨਹੀਂ। ਇੱਕ ਨਸ਼ੇ ਦਾ ਕੋਈ ਸਾਡੇ ਆਣ ਕੇ ਕਈ ਵਾਰ ਮਤਲਬ ਤਰੀਕੇ ਦੇ ਲੋਕ ਆਉਂਦੇ ਆ ਵੀ ਚੈਕਿੰਗਾਂ ਵੀ ਹੋਈਆਂ, ਬੜਾ ਕੁਛ ਹੋਇਆ, ਪਰ ਜਿਹੜੀ ਅਸਲੀਅਤ ਆ, ਇੱਕ ਗੋਲੀ ਦਾ ਨਸ਼ਾ ਨਹੀਂ ਮਹਾਰਾਜ ਦੀ ਕਿਰਪਾ ਨਾਲ ਜੀ, ਇੱਕ ਗੋਲੀ ਦਾ ਵੀ ਨਸ਼ਾ ਕੋਈ ਕੱਢ ਦੇਵੇ ਅਤੇ ਅਸੀਂ ਦੇਣ ਦਾ ਨਾ, ਬੜੀ ਮਹਾਰਾਜ ਦੀ ਕਿਰਪਾ ਹੁੰਦੀ ਹੈ, 1-2 ਮਹੀਨੇ 'ਚ ਵੀ ਬੰਦਾ ਚੜ੍ਹਦੀ ਕਲਾ 'ਚ ਹੋ ਜਾਂਦਾ, ਬਸ ਗਾਂ ਜਿੱਥੇ ਜਾਣਾ ਉੱਥੇ ਦਾ ਮਾਹੌਲ ਵਧੀਆ ਹੋਵੇ। ਬਾਬਾ ਜੀ ਜਿਵੇਂ ਮੰਨ ਲਓ ਵੀ ਇੱਕ ਵਾਰੀ ਬੰਦਾ ਨਸ਼ਾ ਕਰਦਾ ਹੈ ਨਾ, ਨਸ਼ਾ ਇੱਕ ਇਹੋ ਜਿਹੀ ਚੀਜ਼ ਆ ਕਿ ਇੱਕ ਵਾਰੀ ਤਾਂ ਸਰੀਰਕ ਤੌਰ 'ਤੇ ਬੰਦੇ ਨੂੰ ਕਮਜ਼ੋਰ ਕਰਦਾ, ਕਰਦਾ ਮਾਨਸਿਕ ਤੌਰ 'ਤੇ ਵੀ ਕਰਦਾ ਹੈ ਨਾ, ਵੀ ਜੇ ਆਪਾਂ ਕਹਿ ਲਈਏ ਕਿ ਨਸ਼ੇੜੀ ਹੋਣਾ ਅਸਲ ਦੇ ਵਿੱਚ ਇੱਕ ਮਾਨਸਿਕ ਰੋਗ ਆ, ਮਾਨਸਿਕ ਰੋਗ ਹੈ ਨਾ। ਹਾਂਜੀ, ਮਾਨਸਿਕ ਰੋਗ ਨੂੰ ਠੀਕ ਕਰਨ ਲਈ ਕੀ ਟ੍ਰੀਟਮੈਂਟ ਕੀ ਵਰਤਦੇ ਆ? ਮਤਲਬ ਅਸਲ ਜੀ ਆਪਣੇ ਤੇ ਗੁਰਬਾਣੀ ਦਾ ਜਿਹੜਾ ਪਹਿਰਾ ਜੀ ਹੈ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਬਾਣੀ ਪੜ੍ਹਨੀ, ਉਹਦੇ ਨਾਲ ਬੰਦੇ ਨੂੰ ਕੋਈ ਚੰਗੀ ਸਿੱਖਿਆ ਦੇਣੀ, ਆਦਤਾਂ ਬਦਲਣੀਆਂ, ਕੁਛ ਆਪਣੇ ਇਤਿਹਾਸ ਬਾਰੇ ਦੱਸਣਾ, ਮੌਜੂਦਾ ਜਿਹਨਾਂ ਨੇ ਦੇਖਿਆ ਅੱਖੀ ਹੰਢਾਇਆ ਸਰੀਰਾਂ 'ਤੇ ਉਹ ਵੀ ਦੱਸੀਦਾ, ਜਿਹੜਾ ਆਉਣ ਵਾਲਾ ਸਮਾਂ ਵਾ ਉਹ ਵੀ ਦੱਸੀਦਾ ਵੀ ਬਹੁਤ ਮਾੜਾ ਸਮਾਂ ਆ ਰਿਹਾ, ਜੋ ਸਾਧੂਆਂ ਸੰਤਾਂ ਦੀ ਸੰਗਤ ਕਰਦੇ ਹਾਂ ਜੀ, ਦੱਸਦੇ ਆ ਵੀ ਹਜੇ ਤਾਂ ਕੁਛ ਵੀ ਨਹੀਂ, ਇਹ ਤੋਂ ਵੀ ਬਹੁਤ ਮਾੜਾ ਸਮਾਂ ਆ ਰਿਹਾ ਸਾਡੇ 'ਤੇ ਜੀ, ਅਤੇ ਇਹਨਾਂ ਨੂੰ ਇਹੋ ਸਿੱਖਿਆ ਦੇ ਵੀ ਇੱਕ ਚੱਲਦੇ ਫਿਰਦੇ ਕਹਿ ਲਓ ਰੋਲ ਮਾਡਲ ਬਣ ਕੇ ਜਾਓ ਇੱਥੋਂ ਵੀ, ਜਿਹੜਾ ਤੁਹਾਡੇ ਵੱਲ ਦੇਖ ਕੇ ਦੁਨੀਆ ਨਸ਼ੇ ਛੱਡਦੇ, ਕਿਉਂਕਿ ਅਸਲੀਅਤ ਦੇ ਵਿੱਚ ਹੋਇਆ ਵੀ ਬਹੁਤ ਬੰਦੇ ਸਾਡੇ ਵੱਲ ਦੇਖ ਕੇ ਸਿੰਘ ਸਜੇ ਆ ਜੀ। ਮੈਂ ਵੀ ਪਹਿਲਾਂ ਕਲੀਨ ਸ਼ੇਵ ਸੀਗਾ ਜੀ, ਅਤੇ ਇੱਦਾਂ ਦੇ ਮਾਡਲ ਬਣ ਕੇ ਜਾਈਏ ਵੀ ਜਿਹੜਾ ਆਪਾਂ ਨੂੰ ਦੇਖ ਕੇ ਦੁਨੀਆ ਨਸ਼ੇ ਤੋਂ ਬਹੁਤ ਦੂਰ ਜਾਵੇ। ਕਿਆ ਬਾਤ! ਹਾਂਜੀ ਹਾਂਜੀ ਹਾਂ, ਵੀ ਜੇ ਮੰਨ ਕੇ ਚੱਲੋ ਵੀ ਕੋਈ ਬੰਦਾ ਕਿੱਲਾ ਦੂਰ ਸਿਗਰਟ ਪੀ ਜਾਂਦਾ ਅਤੇ ਤੁਸੀਂ ਜਾ ਰਹੇ ਹਾਂ ਅਤੇ ਬੰਦਾ ਦਵਾ ਦਵਾ ਆਪਦੇ ਪੈਰ ਥੱਲੇ ਨਾਪਾ ਛੱਡ ਗਏ ਹੈ ਨਾ, ਇੱਕ ਜਿਹੜਾ ਚਿਹਰੇ ਦਾ ਇੱਕ ਸਰੂਪ ਦਾ ਪ੍ਰਭਾਵ ਇੰਨਾ ਹੁੰਦਾ ਹੈ ਨਾ, ਵੀ ਅਗਲਾ ਦੂਰੋਂ ਸੈਕਟ ਦੇ ਅਗਲਾ ਯਾਰ ਕਿਤੇ ਬਹੁਤ ਲੋਕ ਗਲਤ ਕਰਦੇ ਹੁੰਦੇ ਆ ਪਰ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਗਲਤ ਹਾਂ। ਗਲਤ ਬਾਹਰੀਆਂ ਸਟੇਟਾਂ 'ਚ ਵੀ ਕਈ ਵਾਰ ਜਾਈਦਾ ਜੀ, ਤੰਬਾਕੂ ਮਲਦਾ ਹੁੰਦਾ ਅਤੇ ਦੇਖ ਕੇ ਲਪੋ ਲੈਂਦਾ ਵੀ ਲੰਘ ਜਾਵੇ ਸਿੰਘ, ਫੇਰ ਕਰਦੇ ਹਾਂ, ਬੜਾ ਸਤਿਕਾਰ ਹੈਗਾ ਜੀ, ਪਰ ਥੋੜ੍ਹੇ ਆਪਣੇ ਲੋਕ ਹੀ ਭੁੱਲ ਗਏ ਜੀ ਇਸ ਚੀਜ਼ ਨੂੰ। ਹਾਂ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਮਤਲਬ ਤੁਸੀਂ ਕਰ ਰਹੇ ਆ, ਜਿੰਨਾ ਕੁ ਹੈਗਾ ਉਹਨਾਂ ਕਰੀ ਜਾਂਦੇ ਵੀ, ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ
ਸਾਰੀ ਦੁਨੀਆ ਨੂੰ ਬਦਲਣਾ ਹੋ ਕਿਸੇ ਦੀ ਦੁਨੀਆ ਬਦਲ ਦਿਓ, ਕਿਸੇ ਦੀ ਇੱਕ ਦੀ ਦੁਨੀਆ ਬਦਲ ਦਿਓ, ਦੋ ਚੋਂ ਦੀ ਦੁਨੀਆ ਬਦਲ ਦਿਓ ਤਾਂ ਉਹ ਦੁਨੀਆ ਬਦਲ ਜਾਂਦੀ ਹੈ ਬਾਬਾ ਜੀ। ਤੇ ਬਾਬਾ ਜੀ ਫਿਰ ਨਾਲ ਦੀ ਨਾਲ ਘੋੜੇ ਰੱਖ ਲਏ ਹੈ। ਹਾਂਜੀ ਘੋੜੇ ਕਿੰਨੇ ਰੱਖ ਲਏ? ਸ਼ੌਂਕ ਸ਼ੁਰੂ ਤੋਂ ਹੀ ਜੀ ਜੀ ਘੋੜੇ ਤਿੰਨ ਆ ਜੀ, ਘੋੜੇ ਆ ਜੀ ਦੋ ਵਿਛੇਰੀਆਂ ਜੀ ਮੇਨ ਆ ਜੀ ਸਾਡੇ ਏਰੀਏ ਦੇ ਵਿੱਚ। ਸਾਨੂੰ ਸੀਗਾ ਵੀ ਵੱਡਾ ਬਾਈ ਬਹੁਤ ਸਪੋਰਟ ਕਰਦਾ ਇੰਗਲੈਂਡ 'ਚ ਆ ਉਹ ਜੀ, ਤੇ ਉਹ ਸਾਰਾ ਘੋੜਿਆਂ ਦਾ ਖਰਚਾ ਸਾਰਾ ਉਹ ਕਹਿੰਦਾ ਮੈਂ ਕਰੂੰਗਾ। ਮਤਲਬ ਵੀ ਲੋਕਾਂ ਨੂੰ ਵੀ ਸ਼ੌਂਕ ਪਵੇ, ਉਹਨੂੰ ਵੀ ਬਹੁਤ ਸ਼ੌਂਕ ਆ, ਜਿਹੜੇ ਮੁੰਡੇ ਇੱਥੇ ਆ ਉਹ ਵੀ ਇਹ ਸ਼ੌਂਕ ਵਾਲੇ ਪਾਸੇ ਨੂੰ ਹਾਂਜੀ ਹਾਂਜੀ ਜਾਣ ਜਾ ਰਹੇ। ਠੀਕ ਹੈ, ਜਿਹੜਾ ਸਾਡੇ ਦੋ ਚਾਰ ਦੁਆਰੀ ਆ ਜਾਂਦਾ ਜੀ ਉਹਨੂੰ ਵੀ ਸ਼ੌਂਕ ਪੈਂਦਾ ਵੀ ਮੈਂ ਵੀ ਘੋੜੀ ਰੱਖਾਂ ਜੀ। ਤੇ ਫਿਰ ਕਈ ਲੋਕਾਂ ਕੋਲ ਘੋੜੀ ਲੈ ਲਓ ਵੀ ਭਰਾ ਨਹੀਂ ਹੁੰਦੀ ਜਾਂ ਸੂਆ ਨਹੀਂ ਲੈ ਹੁੰਦਾ, ਲੋਕਾਂ ਨੂੰ ਉਹ ਪਸ਼ੂ ਬੋਝ ਲੱਗਣ ਲੱਗ ਪੈਂਦਾ, ਜਾਨਵਰ ਵੀ ਮੈਨ ਇਹ ਖਾਈ ਜਾਂਦਾ ਵੀ ਦਿੰਦਾ ਕੁਛ ਨਹੀਂ। ਅਸੀਂ ਉਹ ਵੀ ਸੋਚਿਆ ਵੀ ਜਿਹੜਾ ਕੋਈ ਏਦਾਂ ਦਾ ਬੰਦਾ ਉਹ ਉਹਦੇ ਲਈ ਫ੍ਰੀ ਕਰਾਂਗੇ ਜੀ, ਕੋਈ ਹੋਵੇ ਜੀ ਉਹਦੇ ਲਈ ਘੋੜਾ ਛੱਡ ਦਿੰਦੇ ਘੋੜੇ ਛੱਡ। ਬਾਬਾ ਜੀ ਇੱਕ ਮੈਂ ਸੰਸਥਾ ਬਾਰੇ ਹੋਰ ਗੱਲ ਪੁੱਛ ਲਾਂ ਕਿ ਇੱਥੇ ਕਿੰਨੇ ਬੰਦਿਆਂ ਦੀ ਸਮਰੱਥਾ ਰਹਿੰਦੀ ਆ ਹਰ ਵਕਤ? 70-80 ਬੰਦੇ ਜੀ। ਮਤਲਬ ਹੁਣ ਸਮਰੱਥਾ ਫੁੱਲ ਆ? ਹਾਂਜੀ ਹਾਂਜੀ। ਜੇ ਬਾਈ ਚਾਂਸ ਲੋੜਵੰਦ ਕੋਈ ਸੰਪਰਕ ਕਰਦਾ ਤਾਂ? ਹਾਂਜੀ ਰੱਖ ਲੂੰਗੇ, ਰੱਖ ਲੂੰਗੇ ਤੁਸੀਂ? ਹਾਂਜੀ ਹਾਂਜੀ ਰੱਖ ਲੂੰਗੇ। ਮਤਲਬ ਕਹਿਣ ਤੋਂ ਭਾਵ ਵੀ ਉਹਨੇ, ਕਿਉਂਕਿ ਥੋੜੇ ਥੋੜੇ ਕਰਕੇ ਜਾਈ ਵੀ ਜਾਂਦੇ ਜਾਈ ਜਾਂਦੇ ਆ। ਜਿਹੜਾ ਬੰਦਾ ਇੱਕ ਆ ਜਾਂਦਾ ਆਪਣੇ ਕੋਲੇ ਪੂਰੇ ਨਸ਼ੇ ਵਾਲਾ, ਉਹਨੂੰ ਵਾਪਸ ਜ਼ਿੰਦਗੀ 'ਚ ਕਿੰਨੇ ਚਿਰ ਬਾਅਦ ਭੇਜ ਦਿੰਦੇ ਆ ਤੁਸੀਂ? ਅਸੀਂ ਜੀ ਵੈਸੇ 2-3 ਮਹੀਨੇ ਹੱਦ ਕਹੀਦਾ ਘਰਦਿਆਂ ਨੂੰ। ਕਈ ਵਾਰ ਘਰਦੇ ਕਹਿੰਦੇ ਵੀ ਸਾਨੂੰ ਇਹਨੂੰ ਜੀ ਸਾਲ ਇੱਥੇ ਰੱਖੋ, ਅਸੀਂ ਸਾਲ ਨਹੀਂ ਰੱਖਦੇ, ਅਸੀਂ 5 ਮਹੀਨੇ ਤੋਂ ਵੱਧ। ਕਿਸੇ ਹੋਰ ਬੰਦੇ ਨੂੰ ਵੀ ਟਿਕਾਉਣਾ? ਹਾਂਜੀ ਹਾਂਜੀ 5 ਮਹੀਨੇ ਰੱਖੀਦਾ ਜੀ ਉਹਨਾਂ ਨੂੰ, ਕਹੀਦਾ ਫੋਨ ਕਰ ਕਰੇ ਜੇ ਨਹੀਂ ਵੀ ਲੈਣ ਤਾਂ ਛੱਡ ਵੀ ਆਈਦਾ ਜੀ। ਕਈ ਵਾਰ ਹਨਾ ਪਰਿਵਾਰ ਦੁਖੀ ਵੀ ਇੰਨਾ ਹੋਇਆ ਹੁੰਦਾ ਜੀ, ਤੇ ਮਤਲਬ ਕੋਲੇ ਸਮਰੱਥਾ ਨਹੀਂ, ਸਮਰੱਥਾ ਨਹੀਂ ਰਹਿੰਦੀ, ਕਿਉਂ ਮਾਂ ਪਿਓ ਨੂੰ ਹੁੰਦਾ ਵੀ ਅਸੀਂ ਇੱਥੇ ਸਾਡਾ ਬੱਚਾ ਜੀਂਦਾ ਤਾਂ ਹੈਗਾ ਨਾ। ਹਾਂ ਮਤਲਬ ਉਹਨਾਂ ਨੂੰ ਇਹ ਹੁੰਦਾ, ਤਾਂ ਸਾਨੂੰ ਇਹ ਹੁੰਦਾ ਵੀ ਕੋਈ ਹੋਰ ਬੱਚਾ ਆਵੇ ਤੇ ਉਹਦੇ ਤੇ ਵੀ ਕੋਈ ਅਸਰ ਪਵੇ। ਕਈ ਵਾਰੀ ਮਾੜਾ ਅਸਰ ਹੀ ਮਾਪਿਆਂ ਤੇ ਬੱਚੇ ਨੇ ਇੰਨਾ ਕੁ ਪਾਤਾ ਹੁੰਦਾ। ਹਾਂਜੀ ਹਾਂਜੀ। ਤੇ ਮਾਪੇ ਨੂੰ ਐਂ ਲੱਗਦਾ ਯਾਰ ਕਿਤੇ ਫੇਰ ਆ ਗਿਆ ਯਾਰ, ਫੇਰ ਉਹੀ ਪਰੇਸ਼ਾਨੀ ਖੜੀ ਹੋ ਜੂ, ਹੁਣ ਕੁਛ ਸੁੱਖ ਦਾ ਸਾਹ ਹਨਾ ਵੀ ਕਿਤੇ ਨਾ ਕਿਤੇ ਇਹ ਚੀਜ਼ ਹੋ ਜਾਂਦੀ ਹੈ। ਹਾਂ ਪ੍ਰੀਤ ਇੱਧਰ ਨੂੰ ਘੁੰਮੀ, ਆਪਾਂ ਥੋੜ੍ਹਾ ਫਾਰਮ ਦਿਖਾ ਦਈਏ ਬੇਟਾ, ਇੱਧਰਲੇ ਪਾਸੇ ਮੂਹਰੇ ਆ ਜਾਓ। ਅਤੇ ਬਾਬਾ ਜੀ ਫਿਰ ਇੱਥੇ ਘੋੜੇ ਇਸ ਕਰਕੇ ਰੱਖ ਲਏ ਕਿ ਜਿਹੜੇ ਨੌਜਵਾਨ ਹੈਗੇ ਆ ਇਹਨਾਂ ਨੂੰ ਕੋਈ ਨਾ ਕੋਈ ਆਪਾਂ ਸ਼ੌਕ ਦੇ ਦਈਏ, ਸ਼ੌਕ ਦੇ ਦਈਏ। ਹਾਂਜੀ ਹਾਂਜੀ, ਵੀ ਨਸ਼ੇ ਦਾ ਸ਼ੌਕ ਹਟਾ ਕੇ ਕੋਈ ਹੋਰ ਸ਼ੌਕ ਦੇ ਦਈਏ, ਚੰਗਾ ਨਸ਼ਾ ਦੇ ਦਈਏ। ਹਾਂਜੀ ਹਾਂਜੀ। ਅੱਛਾ ਇਸ ਕਰਕੇ ਇੱਥੇ ਘੋੜੇ ਰੱਖ ਲਏ? ਇੱਥੇ ਰੱਖ ਲਏ। ਠੀਕ ਹੈ ਜੀ। ਇੱਥੋਂ ਫਿਰ ਹੁਣ ਜਿਹੜੇ ਮੁੰਡੇ ਆ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢਦੇ ਹੋਵੋਗੇ ਫਿਰ ਘੋੜਿਆਂ ਘੜਿਆਂ ਲਈ ਗੇੜਾ ਮਾਰ ਜਾਂਦੇ? ਘੋੜਿਆਂ ਵਾਲ ਵੀ ਗੇੜਾ ਮਾਰਦੇ ਜੀ, ਇੱਥੇ ਫਿਰ ਵਾਲੀਬਾਲ ਖੇਡਦੇ ਆ ਘੜੀ ਜੀ, ਦਿਲ ਲੱਗਾ ਰਹਿੰਦਾ। ਅੱਛਾ ਇੱਥੇ ਵਾਲੀਬਾਲ ਖੇਡਦੇ? ਠੀਕ ਹੈ ਜੀ। ਤੇ ਨੈਟ ਲੱਗਾ ਹੋਇਆ ਬਾਬਾ ਜੀ, ਤੁਹਾਡਾ ਪਿੰਡ ਕਿਹੜਾ? ਮੇਰਾ ਪਿੰਡ ਧਾਲੀਵਾਲ ਬੇਟਾ ਜੀ, ਕਪੂਰਥਲੇ ਆ ਜੀ ਰਹਿਸ਼ ਜੀ। ਹਾਂਜੀ ਜਿਵੇਂ ਬਾਬਾ ਜੀ ਤੁਹਾਡੇ ਕੋਲੇ ਮੈਂ ਇੱਥੇ ਆਇਆ ਸਵੇਰ ਤੋਂ ਆਇਆ ਹੋਇਆ, ਮੇਰਾ ਮੈਨੂੰ ਵੀ ਮੇਰਾ ਜੀ ਲੱਗ ਗਿਆ, ਇੱਥੇ ਜਾਣ ਨੂੰ ਜੀ ਨਹੀਂ ਕਰਦਾ, ਆਥਣ ਹੋ ਗਿਆ। ਮੈਂ ਵੇਖਿਆ ਵੀ ਤੁਹਾਡੇ ਕੋਲੇ ਜਿਹੜੇ ਹੋਰ ਪਰਿਵਾਰਾਂ ਤੋਂ ਇਲਾਵਾ ਵੀ ਲੋਕ ਆ ਜਾਂਦੇ? ਬਹੁਤ ਆਉਂਦੇ ਆ ਜੀ, ਉਹ ਸਾਰੇ ਕਹਿੰਦੇ ਵੀ ਵੱਖਰੇ ਹੀ ਵੱਖਰਾ ਆਨੰਦ ਆਉਂਦਾ ਜੀ, ਰਿਸਪੈਕਟ ਕਰਦੇ ਆ ਲੋਕ ਹਨਾ, ਵੈਸੇ ਇੱਜ਼ਤ ਕਰਦੇ। ਹਾਂਜੀ ਹਾਂਜੀ, ਲੋਕਾਂ ਨੂੰ ਐਵੇਂ ਲੱਗਦਾ ਕਿ ਕੋਈ ਬੰਦਾ ਸਹੀ ਕੰਮ ਕਰ ਰਿਹਾ ਹਨਾ। ਤੇ ਬਾਬਾ ਜੀ ਆਹ ਘੋੜਾ ਇੱਕ ਤਾਂ ਹਨਾ ਆਪਣੇ ਕੋਲੇ, ਇੱਕ ਤਾਂ ਆਹ ਕਾਲਾ ਘੋੜਾ, ਤੇ ਇਹ ਵੀ ਸਟਾਲੀਅਨ ਰੱਖ ਲਿਆ ਇਸ ਕਰਕੇ ਕਿ ਜੇ ਕਿਸੇ ਬੰਦੇ ਨੂੰ ਲੋੜ ਆ ਤਾਂ ਉਹ ਵਰਤ ਸਕਦਾ, ਵਰਤ ਸਕਦਾ। ਠੀਕ ਹੈ ਜੀ। ਤੇ ਇੱਕ ਆਹ ਇਹ ਅਰਜਨ ਰੌਲੀ ਵਾਲੇ ਦਾ ਬੱਚਾ ਜੀ, ਇਹ ਅਰਜਨ ਰੌਲੀ ਵਾਲੇ ਦਾ ਬੱਚਾ। ਹਾਂਜੀ ਹਾਂਜੀ। ਅੱਛਾ ਇਹ ਰੌਲੀ ਵਾਲੇ ਅਰਜਨ ਦਾ ਬੱਚਾ। ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਬਾਬਾ ਜੀ ਹੁਣਾਂ ਨੇ ਘੋੜੀ ਬਛੇਰੀ ਵੇਚਣੀ ਵੀ ਆ, ਉਹ ਵੀ ਤੁਹਾਨੂੰ ਦਿਖਾਊਂਗਾ। ਆਹ ਅੱਛਾ ਉਹ ਆਹ ਦੇਖੋ ਪ੍ਰੀਤ ਕਿੱਡਾ ਵਧੀਆ ਬਣਾਇਆ ਜਗਾੜ, ਐਵੇਂ ਲੱਗ ਗਿਆ ਐਵੇਂ ਕੱਢ ਕੇ। ਅੱਛਾ ਜਦੋਂ ਆਪਾਂ ਐਵੇਂ ਧੱਕਾਂਗੇ ਆਹ ਤਾਂ ਨੂੰ ਚਲਿਆ ਜਾਂਦਾ। ਜੇ ਇਹਨੂੰ ਐਵੇਂ ਬਰਾਬਰ ਕਰ ਲਈਏ ਫਿਰ ਬਾਹਲਾ ਵਧੀਆ ਹੋ ਜੂਗਾ, ਇਹ ਐਵੇਂ ਖੁੱਲਦਾ ਨੀ ਇੱਧਰੋਂ, ਇਹ ਆਟੋਮੈਟਿਕ ਆ ਹਾਲਾਤਾ। ਸਿੰਘ ਨੇ ਦਿਮਾਗ ਲਾਇਆ ਹੁਣ ਕਰਦੇ ਨੇ, ਇਹ ਸਭ ਆਟੋਮੈਟਿਕ ਬਣ ਗਿਆ। ਠੀਕ ਹੈ ਠੀਕ ਹੈ, ਬਹੁਤ ਵਧੀਆ ਚੀਜ਼ ਬਣਾ ਲਈ। ਤੇ ਉਧਰਲੇ ਪਾਸੇ 2-3 ਬੱਕਰੀਆਂ ਭੱਜੀਆਂ ਫਿਰਦੀਆਂ, ਆਹ ਮੱਝਾਂ ਰੱਖ ਲਈਆਂ। ਹਾਂਜੀ ਹਾਂਜੀ, ਇੱਧਰ ਮੱਝਾਂ ਰੱਖ ਲਈਆਂ। ਚਲੋ ਬਹੁਤ ਵਧੀਆ, ਬਹੁਤ ਸੋਹਣਾ ਮਾਹੌਲ ਬਣਿਆ ਕਪੂਰਥਲੇ ਤਾਂ। ਤੁਹਾਡੇ ਤਾਂ ਇੱਧਰ ਏਰੀਆ ਹੀ ਬਹੁਤ ਭੀੜਾ ਆ ਥੋੜਾ ਜਿਹਾ, ਜ਼ਮੀਨਾਂ ਜਮੂਨਾਂ ਘੱਟ ਕਰਕੇ ਨਾਲੇ ਆ ਤੇ ਸੰਘਣੇ ਪਿੰਡ ਆ ਜੀ, ਸੰਘਣੇ ਪਿੰਡ ਆ ਹਨਾ ਬਾਬਾ ਜੀ। ਇੱਧਰ ਨੂੰ ਜ਼ਮੀਨਾਂ ਘੱਟ ਆ? ਘੱਟ ਆ ਜੀ, ਬਹੁਤ ਘੱਟ ਆ, ਮਾਲਵੇ ਨਾਲੋਂ ਤੇ ਬਹੁਤ ਜ਼ਿਆਦਾ ਮਾਝੇ ਨਾਲੋਂ ਵੀ। ਖੇਤੀ ਵੱਡੀ ਆ? ਖੇਤੀ ਵੱਡੀ ਕਰਦੇ ਆ ਲੋਕ, ਕਿਉਂਕਿ ਜ਼ਿਆਦਾ ਲੋਕਾਂ ਦੇ ਇਕੱਠੀਆਂ ਇਕੱਠੀਆਂ ਕਰ ਲੈਂਦੇ ਆ ਜ਼ਮੀਨਾਂ। ਐਨਆਰਆਈ ਲੋਕ ਬਹੁਤ ਆ ਜੀ, ਐਨਆਰਆਈ ਠੇਕੇ ਤੇ, ਹਾਂ ਲੋਕਾਂ ਦੇ ਠੇਕੇ ਤੇ ਜ਼ਿਆਦਾ। ਇੱਕ ਘੋੜਾ ਤੁਹਾਨੂੰ ਮੈਂ ਦਿਖਾਉਣਾ ਬਾਬਾ ਜੀ ਹੁਣਾਂ ਕੋਲੇ, ਵੱਡਾ ਘੋੜਾ ਜਿਹੜਾ ਥੋੜੇ ਜਿਹੇ ਦਿਨੀ ਹੋ ਕੇ ਲੈ ਕੇ ਆਏ ਆ ਬਾਬਾ ਜੀ। ਤੇ ਇੱਕ ਇੱਕ ਬਛੇਰੀ ਵੇਚਣੀ ਆ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਬਛੇਰੀ। ਤੇ ਬਾਬਾ ਜੀ ਇੱਥੇ ਜੰਗਲ ਕਰਕੇ ਆ ਮੋਰ ਆ ਜਾਂਦੇ ਆ? ਇਹ ਮੋਰ ਤਕਰੀਬਨ ਬਹੁਤ ਜਾਨਵਰ ਇੱਥੇ ਆਉਂਦੇ, ਬੰਗਲੇ ਬੁੰਗਲੇ ਵੀ ਆ ਜਾਂਦੇ ਕਈ ਯਾਰ ਜੀ, ਦੋ ਦੋ ਉਹ ਦੇਖੋ ਪੈਲ ਪਾਈ ਜਾਂਦੇ ਕੀ ਪ੍ਰੀਤ, ਲੈ ਖੁਸ਼ ਆ ਲਓ ਲੈ।
ਉਹ ਪਹਿਲ ਪਾਈ ਜਾਂਦਾ ਜੀ ਪੂਰਾ ਇਹ ਇਹ ਮੇਰੇ ਹਿਸਾਬ ਨਾਲ ਹਜੇ ਤੇ ਫਰ ਖੰਭ ਜੇ ਆਏ ਨੀਗੇ ਹਨਾ ਛੋਟਾ ਤੇ ਉਹ ਦੇਖੋ ਪਹਿਲ ਪਾਈ ਜਾਂਦਾ ਲੈ ਅੱਛਾ ਉਹ ਸਾਹਮਣੇ ਜੰਗਲ ਕਰਕੇ ਉਧਰੋਂ ਆ ਜਾਂਦੇ ਜੀ ਹਾਂ ਜੀ ਉਧਰੋਂ ਤੇ ਇੱਥੇ ਤੁਰੇ ਫਿਰਦੇ ਰਹਿੰਦੇ ਇੱਥੇ ਇੰਨੇ ਕਿ ਥਾਂ ਜੀ ਰਹਿਣਾ ਜੀ ਇਹਨਾਂ ਨੇ ਜ਼ਿਆਦਾ ਕਈ ਯਾਰ ਜੰਗਲਾਤ ਵਾਲੇ ਲੈ ਜਾਂਦੇ ਆ ਜੀ ਵੀ ਉਧਰ ਲੈ ਜੀ ਫੇਰ ਇੱਥੇ ਹੀ ਆਉਂਦੇ ਆ ਜੀ ਇੰਨੇ ਗਿੱਜੇ ਹੋਏ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਹਨਾ ਉਹ ਇੱਕ ਖਰਗੋਸ਼ ਫਿਰਦਾ ਹਾਂ ਉਹ ਦੇਖੀ ਉਹਦੇ ਪੱਠਿਆਂ ਦੇ ਵਿੱਚ ਤੁਰਿਆ ਫਿਰਦਾ ਖਰਗੋਸ਼ ਤੇ ਆਹ ਦੇਖੀ ਲੈ ਪੈਲ ਪਾਈ ਜਾਂਦਾ ਯਾਰ ਲੈ ਜੋੜਾ ਹਨਾ ਜੀ ਜੋੜਾ ਜੀ ਜੋੜਾ ਤੇ ਆਹ ਆ ਗਿਆ ਜੀ ਆਪਣਾ ਘੋੜਾ ਇਹ ਕੀ ਕਿਹਦਾ ਬੱਚਾ ਬਾਬਾ ਜੀ ਇਹ ਜੀ ਸ਼ਾਨ ਘੋੜੇ ਦਾ ਦੱਸਦੇ ਜੀ ਕਲੀਅਰ ਨਹੀਂ ਐਵੇਂ ਇਹਦੇ ਚਾਰ ਪੈਰ ਚਿੱਟੇ ਆ ਜੀ ਪੰਜ ਕਲਿਆਣਾ ਹਨਾ ਜੀ ਇੱਕ ਪੈਰ ਥੋੜਾ ਚਿੱਟਾ ਤੇ ਤਿੰਨ ਪੈਰ ਪੂਰੇ ਚਿੱਟੇ ਆ ਤੇ ਇਹਦੇ ਮੱਥੇ ਪਟਾ ਮੱਥੇ ਪਟਾ ਤੇ ਇਹ ਬਾਬਾ ਜੀ ਫਿਰ ਇਹ ਇਹਨੂੰ ਤੁਸੀਂ ਬਰੀਡਿੰਗ ਸਰਵਿਸ ਦੇ ਦਿਓ ਹਾਂਜੀ ਹਾਂਜੀ ਬਰੀਡਿੰਗ ਲਈ ਵਰਤੋਂ ਬਰੀਡਿੰਗ ਲਈ ਵਰਤਾਂ ਜੀ ਠੀਕ ਹੈ ਜੀ ਠੀਕ ਆ ਇਹ ਕਿੰਨਾ ਚਿਰ ਹੋਇਆ ਇੱਥੇ ਸਟੇਬਲ ਤੇ ਆਏ ਨੂੰ ਇਹ ਥੋੜੇ ਦਿਨ ਹੀ ਹੋਏ ਆ ਜੀ ਠੀਕ ਹੈ ਜੀ ਠੀਕ ਆ ਤੇ ਦੋ ਉਧਰਲੇ ਪਾਸੇ ਬਛੇਰੀਆਂ ਖੜੀਆਂ ਉਹਦੇ ਜੀ ਹਾਂਜੀ ਬਾਬਾ ਜੀ ਆ ਮਤਲਬ ਸੰਸਥਾ ਚਲਾਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਸਾਨੂੰ 8 ਸਾਲ ਹੋ ਗਏ ਜੀ 8 ਸਾਲ ਹੋ ਗਿਆ ਤੇ ਇਸ ਜਗ੍ਹਾ ਤੇ ਕਪੂਰਥਲੇ ਇਸ ਜਗ੍ਹਾ ਤੇ ਇਹ 16 ਦੇ ਇੱਥੇ ਆਏ ਜੀ ਇਹ ਕੀ ਪਿੰਡ ਦਾ ਨਾਂ ਜੀ ਇੱਕ ਪਿੰਡ ਦਾ ਕਪੂਰਥਲਾ ਖਾਸ ਆ ਜੀ ਇਹ ਇੱਕ ਕਪੂਰਥਲਾ ਖਾਸ ਸ਼ਹਿਰ ਦੇ ਬਾਹਰਲੇ ਪਾਸੇ ਹੈ ਜੀ ਹਾਂਜੀ ਠੀਕ ਆ ਦੇਖੀ ਬੇਟਾ ਮਗਰਲੇ ਪਾਸੇ ਤੇਰਾ ਪੈਰ ਨਾ ਪੈ ਜੇ ਪਤਾ ਹਾਂ ਤੇ ਉਧਰਲੇ ਪਾਸੇ ਮੈਂ ਚੱਲਦਾ ਤੁਹਾਡੇ ਕੋਲ ਬਾਬਾ ਜੀ ਕੋਲੇ ਦੋ ਬਛੇਰੀਆਂ ਤੇ ਉਹਨਾਂ ਨੂੰ ਫਿਰ ਰਾਤ ਨੂੰ ਬਾਬਾ ਜੀ ਅੰਦਰ ਅੰਦਰ ਲੈ ਜਾਂਦੇ ਆ ਜੀ ਤੇ ਕੇਰਾਂ ਬਾਹਰ ਤੇ ਆਹ ਸਾਰੀ ਜਗ੍ਹਾ ਆਪਣੀ ਆ ਇਹ ਵਿੱਚੋਂ ਅੱਧੀ ਆਪਣੀ ਹੈ ਜੀ ਹਾਂਜੀ ਅੱਧੀ ਕਿਆ ਇਥੋਂ ਲਾਗੇ ਗਵਾਂਢ ਚੰਗਾ ਜੀ ਉਹਨਾਂ ਨੇ ਦਿੱਤੀ ਹੋਈ ਆ ਬਈ ਕੋਈ ਗੱਲ ਨਹੀਂ ਤੁਸੀਂ ਵਰਤ ਲਓ ਹਾਂਜੀ ਵੀ ਜਿੰਨਾ ਚਿਰ ਅਸੀਂ ਕੁਝ ਕਰਦੇ ਨਹੀਂ ਹਾਂਜੀ ਆ ਵੀ ਜਿਹੜਾ ਹੁੰਦੀ ਆ ਉਹਨਾਂ ਚਿਰ ਆਪਣੇ ਘੋੜਿਆਂ ਘੜਾ ਨੂੰ ਖੁੱਲਾ ਹੋ ਗਿਆ ਜਗ੍ਹਾ ਹਾਂਜੀ ਹਾਂਜੀ ਕਿਆ ਬਾਤ ਆ ਤੇ ਆਹ ਟਰੈਕਟਰ ਆਪਣਾ ਖੜਾ ਹਾਂਜੀ ਸੰਦ ਸੰਦੇੜਾ ਤੇ ਤੁਸੀਂ ਫਿਰ ਪਿੰਡ ਚਲੇ ਜਾਂਦੇ ਕਿ ਇੱਥੇ ਰਾਤ ਨੂੰ ਚੱਲ ਜਾਣਾ ਜੀ ਮੈਂ ਜੀ ਹਾਂਜੀ ਠੀਕ ਹੈ ਇਥੋਂ ਕਿਲੋਮੀਟਰ ਤੇ ਹੀ ਆ ਜੀ ਰਹਿਸ਼ ਆਪਣੀ ਠੀਕ ਹੈ ਠੀਕ ਹੈ ਤੇ ਬਾਬਾ ਜੀ ਇਹਨਾਂ ਚੋਂ ਫਿਰ ਕਿਹੜੀ ਦੇਣੀ ਆ ਇਹ ਬਛੇਰੀ ਜੀ ਦੇ ਅਸਲ ਜੇ ਘੋੜਿਆਂ ਕਰਕੇ ਨਾ ਜੀ ਬਾਹਲੀ ਗਰਮ ਪਾਉਂਦੀ ਤੇ ਉਹ ਵੀ ਬਹੁਤ ਆ ਜੀ ਇਹ ਅਸਲ 'ਚ ਤਾਰੀ ਲੀਲਾ ਵਾਲੇ ਨੇ ਗਿਫਟ ਦਿੱਤੀ ਹੈ ਜੀ ਉਹ ਵੇਚ ਨੂੰ ਤਾਂ ਅਸੀਂ ਉਹ ਵੀ ਵੇਚ ਦਿੰਦੇ ਜੀ ਤੇ ਤਾਰੀ ਵੀਰ ਨੇ ਕਿਹਾ ਵੀ ਇਹ ਚੀਜ਼ ਤੈਨੂੰ ਮੈਂ ਤੋਹਫਾ ਦਿੱਤੀ ਹੈ ਤੇ ਦੇਈ ਨਾ ਕਿਸੇ ਨੂੰ ਜੀ ਤੇ ਹੁਣ ਮਤਲਬ ਉੱਥੇ ਕਮਰੇ ਥੋੜੇ ਆ ਹਾਂਜੀ ਤੇ ਇਹ ਵੀ ਬੱਚੇ ਫਿਰ ਜ਼ਿਆਦਾ ਹੋ ਬੱਚੇ ਜ਼ਿਆਦਾ ਹੋ ਗਏ ਤੇ ਆਹ ਆਪਣੇ ਕੋਲ ਗਿਫਟ ਆਈ ਵੀ ਆ ਇਹ ਰੱਖਾਂਗੇ ਦੂਜੀ ਬਛੇਰੀ ਦੇ ਦਿਆਂਗੇ ਦੇ ਦਾਂਗੇ ਹਾਂਜੀ ਉਹ ਬਛੇਰੀ ਕੀਤੀ ਆ ਬਾਬਾ ਜੀ ਉਹ ਜੀ ਰਾਜ ਹੰਸਾ ਜੀ ਘੋੜਾ ਬਾਦਲਾਂ ਕੋ ਜੀ 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 ਬਾਦਲਾਂ ਕੋਲ ਹੈਗਾ ਰਾਜ ਮਾਂ ਵੱਲੋਂ ਆਲੀ ਘੋੜਾ ਜਿਹੜਾ ਜੀ ਜੀ ਉਹਦੀ ਹੈ ਜੀ ਜੀ ਤੇ ਇਹ ਲਾ ਰਤਨ ਦੀ ਹੈ ਤਾਰੀ ਵੀਰ ਕੋ ਠੀਕ ਹੈ ਜੀ ਠੀਕ ਮਿਲੀ ਹੈ ਜੀ ਇਹ ਜੀ ਅੱਛਾ ਇਹ ਗਿਫਟ ਹੋਈ ਵੀ ਆ ਤੇ ਪਰ ਪਰਲੀ ਆਪਾਂ ਦੇ ਦਿਆਂਗੇ ਦੇ ਦਿਆਂਗੇ ਉਹ ਆਪਣੇ ਕੋਲੇ ਆਈ ਹੋਈ ਸੀ ਲੈ ਵੀ ਸੱਜਣੋ ਨੋਟ ਕਰ ਲਓ ਰਾਜ ਹੰਸ ਘੋੜੇ ਦੀ ਆ ਤਿੰਨ ਪੈਰ ਹੈਗੇ ਚਿੱਟੇ ਮੱਥੇ ਹੈਗਾ ਪਟਾ ਕੰਨਾਂ ਕੁੰਨਾਂ ਦੀ ਬਹੁਤ ਸੁਨੱਖੀ ਬਛੇਰੀ ਹੈ ਤੇ ਬਾਬਾ ਜੀ ਉਮਰ ਕਿੰਨੀ ਆ ਬਛੇਰੀ ਦੀ ਉਹਦੀ 8 ਮਹੀਨਿਆਂ ਦੀ ਹੈ ਜੀ ਇਹ 8 ਮਹੀਨਿਆਂ ਦੀ ਬਛੇਰੀ ਆ 8 ਮਹੀਨਿਆਂ ਦੀ ਬਛੇਰੀ ਆ ਜੇ ਕਿਸੇ ਸੱਜਣ ਨੇ ਲੈਣੀ ਹੋਈ ਬਾਬਾ ਜੀ ਦਾ ਨੰਬਰ ਮੈਂ ਤੁਹਾਨੂੰ ਦੇ ਰਿਹਾ ਉਹ ਤੇ ਤੁਸੀਂ ਸੰਪਰਕ ਕਰ ਸਕਦੇ ਆ ਆਹ ਬਛੇਰੀ ਖਰੀਦਣ ਵਾਸਤੇ ਤੇ ਜਿਹੜੀ ਇਹਦੀ ਮਾਂ ਹੈ ਉਹ ਅਲੀ ਘੋੜੇ ਦੀ ਬੱਚੀ ਸੀਗੀ ਤੇ ਜਿਹੜਾ ਇਹਦਾ ਬਾਪ ਆ ਉਹ ਬਾਦਲਾਂ ਕੋਲੇ ਜਿਹੜਾ ਰਾਜ ਹੰਸ ਘੋੜਾ ਹਾਂਜੀ ਉਹਦਾ ਤੇ ਉਹ ਆ ਠੀਕ ਆ ਬਾਬਾ ਜੀ ਤੇ ਬਹੁਤ ਧੰਨਵਾਦ ਤੁਸੀਂ ਇੰਨਾ ਸਮਾਂ ਦਿੱਤਾ ਕਿਉਂਕਿ ਤੁਹਾਨੂੰ ਬਹੁਤ ਲੋਕ ਵੇਟ ਕਰੀ ਜਾਂਦੇ ਆ ਤੁਹਾਡੀ ਉੱਧਰ ਤੇ ਉਹਦੇ ਸਮੇਂ 'ਚ ਤੁਸੀਂ ਵੀ ਸਮਾਂ ਸਾਡੇ ਲਈ ਕੱਢਿਆ ਤੇ ਸੱਜਣੋ ਸੰਸਥਾ ਬਹੁਤ ਮੈਂ ਕਹਿੰਦਾ ਵੀ ਇੱਥੇ ਆਇਆ ਮੈਂ ਆਇਆ ਜੇ ਤੁਸੀਂ ਕਪੂਰਥਲੇ ਆਓ ਨਾ ਤੇ ਤੁਸੀਂ ਕਿਸੇ ਦਿਨ ਇੱਧਰਲੇ ਪਾਸੇ ਆ ਕੇ ਜਾਇਓ ਬਾਬਾ ਜੀ ਆ ਕਿਹੜਾ ਰੋਡ ਆ ਇਹ ਕਾਂਜਲੀ ਰੋਡ ਵੱਜਦਾ ਜੀ ਕਾਂਜਲੀ ਤੋਂ ਹਾਂਜੀ ਕਾਂਜਲੀ ਹਾਂਜੀ ਹਾਂਜੀ ਕਪੂਰਥਲੇ ਤੋਂ ਕਾਂਜਲੀ ਰੋਡ ਨੂੰ ਜੇ ਤੁਸੀਂ ਨਿਕਲੋਗੇ ਨਾ ਤਾਂ ਬਾਹਰਲੇ ਪਾਸੇ ਨਾ ਇਹ ਆ ਬੀੜ ਦੇ ਸਾਹਮਣੇ ਪਾਸੇ ਸੰਸਥਾ ਹੈ ਤੇ ਜੇ ਤੁਸੀਂ ਇੱਥੇ ਆਓਗੇ ਨਾ ਤਾਂ ਤੁਹਾਨੂੰ ਇੱਕ ਗੱਲ ਦਾ ਪਤਾ ਲੱਗੂਗਾ ਕਿ ਇੱਥੇ ਯਾਰ ਮੁੜ ਲੋਕਾਂ ਨੂੰ ਬੜਿਆਂ ਲੋਕਾਂ ਨੂੰ ਵਾਪਸ ਜ਼ਿੰਦਗੀ 'ਚ ਵਾਪਸ ਭੇਜਿਆ ਜਾਂਦਾ ਮੇਨ ਆਪਾਂ ਕਹਿ ਸਕਦੇ ਹਾਂ ਕਿ ਅਸਲੀ ਜ਼ਿੰਦਗੀ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਲੋਕ ਬਹੁਤ ਮਾੜੀ ਦਲਦਲ ਦੇ ਵਿੱਚ ਫਸੇ ਹੋਏ ਆ ਨਾ ਉਹਨਾਂ 'ਚੋਂ ਕੱਢ ਕੇ ਅਸਲੀ ਜ਼ਿੰਦਗੀ ਵੱਲ ਨੂੰ ਮੋੜਿਆ ਜਾਂਦਾ ਇਸ ਗੱਲ ਲਈ ਮੈਂ ਸੰਸਥਾ ਨੂੰ ਇਸ ਦੇ ਸੰਸਥਾਪਕਾਂ ਨੂੰ ਚਾਲਕਾਂ ਨੂੰ ਸਲਾਮ ਵੀ ਕਰਦਾ ਬਾਬਾ ਜੀ ਸਲੂਟ ਕਰਦਾ ਅਤੇ ਤੁਹਾਡਾ ਧੰਨਵਾਦ ਵੀ ਕਰਦਾ ਇਸ ਗੱਲੋਂ ਕਿ ਤੁਸੀਂ ਬੜਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਾਂ ਬੜੇ ਮਾਪਿਆਂ ਨੂੰ ਬਾਬਾ ਜੀ ਜਦੋਂ ਕਿਸੇ ਦਾ ਇੱਕ ਦਾ ਬੱਚਾ ਵਿਗੜ ਜਾਂਦਾ ਨਾ ਅਤੇ ਘੱਟੋ ਘੱਟ 5 ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਬਿਲਕੁਲ ਜੀ ਬਿਲਕੁਲ ਮਾਂ ਬਾਪ ਦੀ ਭੈਣ ਭਰਾਵਾਂ ਦੀ ਪਤਨੀ ਦੀ ਬੱਚਿਆਂ ਦੀ ਇੱਕ ਬੰਦੇ ਦੇ ਮਗਰ ਜਦੋਂ ਆਪਾਂ ਵੋਟਾਂ ਦਾ ਵੀ ਸਰਵੇ ਕਰਦੇ ਹੁੰਦੇ ਹਾਂ ਨਾ ਬਾਬਾ ਜੀ ਕਿਸੇ ਵੀ ਚੀਜ਼ ਦਾ ਸਰਵੇ ਕਰਦੇ ਹੁੰਦੇ ਹਾਂ ਤੇ ਉਦੋਂ ਇੱਕ ਨੂੰ ਗੁਣਾ 5 ਨਾ ਕੀਤਾ ਜਾਂਦਾ
ਇੱਕ ਇੱਕ ਬੰਦੇ ਨਾਲ ਐਵਰੇਜ 5 ਬੰਦੇ ਅਟੈਚ ਹੁੰਦੇ ਆ। ਠੀਕ ਹੈ ਜੀ, ਇੱਕ ਨੂੰ ਨੌਕਰੀ ਮਿਲ ਜੇ 5 ਬੰਦੇ ਦੀ ਜ਼ਿੰਦਗੀ ਬਣ ਜਾਂਦੀ ਆ, ਇੱਕ ਮਾੜਾ ਹੋ ਗਿਆ ਤਾਂ 5 ਬੰਦੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਠੀਕ ਹੈ ਜੀ, ਜੇ ਤੁਸੀਂ 10,000 ਬੰਦੇ ਨੂੰ ਤਕਰੀਬਨ ਮੇਨ ਜ਼ਿੰਦਗੀ 'ਚ ਲੈ ਆਏ ਆ ਨਾ, ਤਾਂ ਉਹਨੂੰ 50,000 ਮੰਨੋ। ਹੈ ਤਾਂ ਇੱਦਾਂ ਹੀ ਹੈ ਜੀ, ਸੱਚ ਹੈ ਜੀ। 50,000 ਮੰਨੋ ਅਤੇ 50,000 ਆਬਾਦੀ ਨਾਲ ਅਤੇ 20 ਪਿੰਡ ਵੱਸ ਜਾਂਦੇ। ਹਾਂਜੀ ਹਾਂਜੀ, ਇਹ ਤਾਂ ਗੱਲ। ਠੀਕ ਹੈ ਜੀ, ਅਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 20 ਪਿੰਡ ਉੱਜੜਨੋਂ ਬਚਾ ਲਏ। ਮਹਾਰਾਜ ਵਿਚਾਰ ਹੈ ਜੀ, ਉਹਨੇ ਦਿੱਤੀ ਆ ਨਾ ਜੀ ਸੇਵਾ। ਹਾਂਜੀ ਬਈ, ਬਹੁਤ ਵੱਡੀ ਗੱਲ ਹੁੰਦੀ ਆ ਵੀ ਬਈ 20 ਪਿੰਡ ਉੱਜੜਨੋਂ ਬਚਾ ਲਏ ਹੋਣ। ਠੀਕ ਹੈ ਜੀ, ਅਤੇ ਨਿੱਤ ਪਤਾ ਨਹੀਂ ਕਿੰਨੇ ਪਿੰਡਾਂ ਦੇ ਪਿੰਡ ਉੱਜੜੀ ਜਾਂਦੇ ਆ, ਜੇ ਆਪਾਂ ਇੱਕ ਇੱਕ ਬੰਦਾ ਵੀ ਉੱਜੜਦੇ ਦੀ ਗੱਲ ਕਰੀਏ ਤਾਂ, ਅਤੇ ਬਹੁਤ ਵੱਡੀ ਤੁਹਾਡੀ ਸੇਵਾ। ਇਸ ਗੱਲ ਤੁਹਾਡੀ ਸੇਵਾ ਨੂੰ ਸਲਾਮ ਕਰਦੇ ਹਾਂ। ਧੰਨਵਾਦ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ ਸਾਜਨੂੰ।